ਇਹਦੇ ਕਿ ਅਸੀਂ ਖਪਰੇ ਲਾਉਂਦੀ ਪਈ ਹੈ ਅਤੇ ਸਵੇਲੇ ਚਾਇਆਮ ਜਿਹੜਾ ਕੋਈ ਜਿਹੜਾ ਸੀਮਟ ਚ ਆਇਆ ਅਤੇ ਸਟੂਲ ਚ ਆਇਆ ਹੁਣ ਰੇਤ ਚ ਆਇਆ ਤਾਂ ਸਰ ਉਸਤਾਦ ਨੂੰ ਦੁਆ ਸਲਾਮ ਕਰੀ ਹੁਣ ਬਈ ਖਪਰੇ ਲਾਡਾ ਅਤੇ ਸਾਹਮਣੇ ਜਾ ਬੜਦੀ ਪਈ ਅਸੀਂ ਆਪਣੀ ਕਹਿੰਦੀ ਬੜਦੀ ਪਈ ਬੜਦੀ ਬਹਿਦੀ ਪਈ ਆਪਾਂ ਸਮਾਨ ਚਾਵੇ ਨਹੀਂ ਕਿਰਿਆ ਅਤੇ ਮਤਾਂ ਆਪਾਂ ਖੁਸ਼ ਤਿਕਣ ਸਾਰੀ ਬੜਦੀ ਪਈ ਅੱਲਾ ਸਭ ਕੁਝ ਦੇਸੀ ਇਨਸ਼ਾਲਾ ਬਣਾਉਣ ਦਾ ਮੌਕਾ ਲੈ ਕੇ ਲੋ ਇਹ ਅਸੀਂ ਉਸਤਾਦ ਸਾਹਿਬ ਜਿਹਨੀ ਜਾ ਬੜਦੀ ਪਈ ਲੈ ਕੇ ਲੋ ਉਸਤਾਦ ਜੀ ਸਲਾਮ ਹੀ ਕਰੋ ਜਾ ਗਰੀਬਾਂ ਕੋ ਜਾ ਜੋ ਬੜਦੀ ਪਈ ਮੈਂ ਕਿ ਤੂੰ ਸਲਾਮ ਕਰ ਸਕਦੇ ਜੇ ਸਲਾਮ ਕਰਨ ਬਹੁਤ ਵੈਂਦਨ ਮੀਆਂ ਬਾਕੀ ਦੋਸਤੋ ਲੈ ਕੇ ਹਾਂ ਜਾ ਲਿਖੇ ਐਮ ਉਹ ਸਾਹਮਣੇ ਜਾ ਬੜਦੀ ਪਈ ਜਾ ਲਿਖੇ ਐਮ ਸਹੀ ਹੋਏ 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 ਇਹ ਸਹੀ ਉਸਤਾਦ ਜੀ ਇਹ ਦੇਖੋ ਉਸਤਾਦ ਜੀ ਨਸਵਾਰਨਾ ਤਾਂ ਕਰੋ ਇਹੋ ਕੰਮ ਔਖਾ ਯਾਰ ਨਸਵਾਰ ਜਮਾ ਸ਼ੁਰੂ ਕਰਨ ਦੇ ਮਿਸਤਰੀਆਂ ਦਾ ਇਹ ਹਾਲ ਹੈ ਉਹ ਆਦਮ ਨਾ ਇੱਕ ਨਸਵਾਰ ਲਾਜ਼ਮੀ ਰੱਖੇ ਨਾ ਇਹ ਦੇਖ ਗਏ ਨਾ ਅਸੀਂ ਇੱਥੇ ਲੈ ਚਾਹ ਰੇਤ ਦੇ ਲਹਿਮੀ ਇਹ ਮੇਰਾ ਰਕਸ਼ਾ ਹੈ ਇੱਥਾਂ ਤੇ ਖੜ ਗਿਆ ਗੁਰਸਤਾ ਆਈ ਗਿਆ ਨਾ ਇਹ ਦੇਖ ਗਏ ਟਾਇਰ ਬਹਿ ਗਿਆ ਇਹ ਦੇਖ ਗਿਆ ਇਹ ਦੇਖੋ ਤਲੇ ਸੀ ਬਹਿ ਗਏ ਕਿਆ ਕਰੂੰ ਜ਼ੋਰ ਲਵੈਮ ਨਹੀਂ ਲੱਗਾ ਅਤੇ ਇਹ ਦੇਖ ਨਾ ਇਹ ਬੰਨਾ ਸਵੇਲੇ ਇੱਥੋਂ ਮੈਂ ਜਿਹੜਾ ਲੱਦ ਗਈਆਂ ਪੰਜ ਬੋਰੀਆਂ ਅਤੇ ਤਰੇ ਸਟੂਲ ਡੂ ਫੱਟੇ ਇੱਥੋਂ ਦਿੱਕਾ ਲਵਾ ਤੇ ਗਿਣ ਗਿਆ ਹੁਣ ਲਾਲਾ ਵੀਹ ਥੇਲੇ ਹਨ ਕਹਿ ਨਹੀਂ ਗਿਆ ਗਾਲ ਜਿਹੜੀ ਮੈਂ ਅਸੀਂ ਦੀਰੇ ਕਿਨਾਰੇ ਸਾਈਡ ਇਹ ਸਾਈਡ ਹੀ ਬਹਿ ਗਈ ਟਾਇਰ ਦੀ ਲੱਗਣ ਅਤੇ ਇਹ ਵੀ ਜਿਹੜਾ ਨਾ ਥਿੱਲ ਇੱਥੇ ਪੈਂਦੇ ਤੂੰ ਥਿੱਲ ਲਾ ਰੱਖਿਆ ਇਡੂ ਲਾ ਰੱਖਿਆ ਦੇਖ ਇਹ ਝਟ ਪਾਉਣ ਦੀ ਅੱਜ ਅਸੀਂ ਤੋੜ ਗਿਆ ਮੈਨੂੰ ਰਕਸ਼ਾ ਕਿਵੇਂ ਕਹਿੰਦਾ ਮੈਨੂੰ ਮੈਂ ਤੋੜ ਜਿਹੜੇ ਤੋੜ ਵੰਜਣ ਦੀ ਜਾਈ ਕਹਿੰਦੇ ਰੱਖਿਆ ਦੀ ਅੱਜ ਅਸੀਂ ਕਹਿੰਦਾ ਤੋੜ ਗਿਆ ਮੈਨੂੰ ਰਕਸ਼ਾ ਵਾਲਾ ਮੇਰੇ ਨਾਲ ਲੈਣਾ ਤਾਂ ਮੇਰਾ ਤਾਂ ਕੰਮ ਠੀਕ ਹੈ ਚਾੜੀ ਤੋਂ ਦੋਸਤ।